ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਰਬਜੀਤ। ਪੇਂਡੂ ਲਾਈਵ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ ਸਾਰੇ, ਕਿਵੇਂ ਹੋ? ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ। ਅੱਜ ਹੈਗਾ ਜੀ ਮੇਲੇ ਵਾਲਾ ਦਿਨ। ਸੁਬਹਾ ਮੈਂ ਸਾਰੇ ਕੰਮ ਕਰ ਲਏ ਸੀ, ਕੰਮ ਕਾਰ ਸਾਰੇ ਨਿਬੜ ਚੁੱਕੇ ਸੀ, ਅਤੇ ਫਿਰ ਮੈਂ ਘੰਟਾ ਕੁ ਲੱਗ ਗਈ ਸੀ ਰੈਸਟ ਕਰਨ ਪੈ ਗਈ ਸੀ। ਅਤੇ ਹੁਣ ਆਪਾਂ ਧਰਦੇ ਹੀ ਸਬਜ਼ੀ। ਲਓ ਜੀ ਇੱਧਰ ਬੈਠੇ ਨੇ ਸਰਦਾਰ ਜੀ, ਅੱਜ ਛੁੱਟੀ ਦਾ ਦਿਨ ਹੈ ਸਰਦਾਰ ਜੀ ਦਾ ਮੇਲੇ ਕਰਕੇ, ਅਤੇ ਠੰਡਾ ਪੀ ਕੇ ਹਟੇ ਨੇ। ਹੁਣ ਪਹਿਲਾਂ ਚਾਹ ਪੀਤੀ ਸੀ 10 ਵਜੇ, ਜਲਜੀਰਾ ਪੀਤਾ, ਬੋਤਲ ਉਹ ਪਈ ਆ ਜਲਜੀਰੇ ਦੀ ਡੇਗੀ, ਜਲਜੀਰਾ ਪੀਤਾ। ਅਤੇ ਦੇਖੋ ਆਹ ਚਾਦਰ ਬੈੱਡਸ਼ੀਟ ਮੈਂ ਨਵੀਂ ਵਿਛਾਈ ਆ, ਬਹੁਤ ਸੋਹਣੀ ਬੈੱਡਸ਼ੀਟ ਹੈ, ਬਹੁਤ ਸੋਹਣੀ ਲੱਗਦੀ ਹੈ ਬੈੱਡਸ਼ੀਟ ਵਿਛਾਈ ਹੋਈ। ਅਤੇ ਇੱਧਰ ਮੈਨੇ ਦੂਜੀ ਬਲੈਕ ਕਲਰ ਦੀ ਬੈੱਡਸ਼ੀਟ ਵਿਛਾਤੀ ਸੀ ਸੋਫਿਆਂ 'ਤੇ। ਅਤੇ ਇੱਧਰ ਬੈਠੇ ਸਰਦਾਰ ਜੀ ਟੀ ਵੀ ਦੇਖਦੇ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇਖਦੇ ਨੇ। ਅਤੇ ਬੱਚੇ ਗਏ ਹੋਏ ਨੇ ਸਕੂਲ, ਉਹ ਆਉਣਗੇ 1 ਵਜੇ, ਜਦੋਂ ਉਹ ਆ ਗਏ ਫਿਰ ਆਪਾਂ ਜਾਵਾਂਗੇ ਮੇਲੇ। ਅਤੇ ਹੁਣ ਮੈਂ ਧਰਦੀ ਸਬਜ਼ੀ, ਸਬਜ਼ੀ ਮੈਂ ਧਰਨੀ ਆ ਆਲੂ ਗੋਭੀ ਦੀ, ਅਤੇ ਗੋਭੀ ਜਾ ਕੇ ਮੈਂ ਚੀਰਦੀ ਹਾਂ। ਅਤੇ ਚਲੋ ਚੱਲਦੇ ਆਪਾਂ ਰਸੋਈ ਦੇ ਵਿੱਚ। ਲਓ ਜੀ ਆਪਾਂ ਰਸੋਈ ਦੇ ਵਿੱਚ ਚੱਲਦੇ ਹਾਂ। ਪਹਿਲਾਂ ਸਬਜ਼ੀ ਚੀਰਦੇ ਹਾਂ, ਸਬਜ਼ੀ ਵਗੈਰਾ ਚੀਰ ਕੇ, ਸਬਜ਼ੀ ਧਰ ਕੇ, ਰੋਟੀ ਲਾ ਕੇ, ਫਿਰ ਆਪਾਂ ਮੇਲੇ ਵਾਸਤੇ ਹੋਵਾਂਗੇ ਤਿਆਰ। ਕੱਪੜੇ ਵਗੈਰਾ ਮੈਂ ਨਵੇਂ ਪਾ ਲਏ ਸੀ, ਅਤੇ ਸਿਰ ਵਗੈਰਾ ਮੇਰਾ ਵਾਹੁਣ ਵਾਲਾ ਪਿਆ, ਅਤੇ ਬਾਕੀ ਫਿਰ ਆਪਾਂ ਚੱਲਾਂਗੇ ਸਿੱਧਾ ਮੇਲੇ ਦੇ ਬੱਚਿਆਂ ਨਾਲ, ਅਤੇ ਬਾਕੀ ਤੁਹਾਨੂੰ ਉੱਥੇ ਦਾ ਮੇਲਾ ਦਿਖਾਵਾਂਗੇ, ਫੁੱਲ ਇੰਜੋਏ ਕਰਾਵਾਂਗੇ। ਅਤੇ ਚਲੋ ਜੀ ਪਹਿਲਾਂ ਸਬਜ਼ੀ ਵਗੈਰਾ ਧਰਦੇ ਹਾਂ ਆਪਾਂ। ਇਹ ਸਿਮਰਨ ਦੀ ਫੇਵਰੇਟ ਸਬਜ਼ੀ ਧਰਦੇ ਹਾਂ ਜੀ। ਪਹਿਲਾਂ ਤਾਂ ਮੇਰੀ ਸਲਾਹ ਸੀ ਮਟਰ ਪਨੀਰ ਧਰਨਾ, ਫਿਰ ਮੈਂ ਕਿਹਾ ਸਾਡੇ ਪਰਾ ਬੱਚਿਆਂ ਨੇ ਖਾਣਾ ਤਾਂ ਹੈ ਨਹੀਂ। ਅਤੇ ਸਿੰਮੂ ਕਹਿੰਦਾ ਮੰਮਾ ਗੋਭੀ ਸਬਜ਼ੀ ਬਣਾਇਓ, ਮੈਂ ਕਿਹਾ ਚੱਲ ਗੋਭੀ ਮੰਗਾ ਲੈਂਦੇ ਸਰਦਾਰ ਜੀ, ਅਤੇ ਗੋਭੀ ਧਰ ਲੈਂਦੇ ਆ, ਤਾਂ ਕਰਕੇ ਫਿਰ ਗੋਭੀ ਉਹ ਧਰਦੇ ਹਾਂ ਹੁਣ ਆਪਾਂ। ਆ ਮੇਰੀ ਆ, ਕਿੱਥੇ ਚੱਲੇ ਜੀ, ਕਿੱਥੇ ਜਾਂਦੇ ਹੋ? ਬੱਚੇ ਆ ਗਏ ਸੀ ਸਕੂਲ ਤੋਂ, ਅਤੇ ਅਮਨਿੰਦਰ ਹੋ ਗਿਆ ਤਿਆਰ, ਸਿਮਰਨ ਵੀ ਤਿਆਰ ਹੋ ਕੇ ਬਾਹਰ ਚਲਾ ਗਿਆ। ਇੱਧਰ ਮੇਰੇ ਸਾਰੇ ਕੱਪੜੇ ਮੈਂ ਕਿਹਾ ਚੱਲ ਆ ਕੇ ਸਾਂਭੂੰਗੀ, ਮੈਂ ਵੀ ਹੋ ਗਈ ਹਾਂ ਜੀ ਰੈਡੀ। ਅਤੇ ਸਰਦਾਰ ਜੀ ਆ ਗਏ ਬਾਹਰ, ਸਰਦਾਰ ਜੀ ਨਹੀਂ ਹੈਗੇ, ਇਹ ਸਿੰਮੂ ਆ, ਸਿੰਮੂ ਵੀ ਰੈਡੀ ਆ। ਇਹ ਖੜਾ ਸਾਡਾ ਵੀਰ ਚੰਦ, ਵੱਡਾ ਵੀਰਾ ਮੇਰਾ, ਦੇਖਿਆ ਵੀਰੇ ਮੇਲਾ? ਅੱਛਾ ਠੀਕ ਆ ਠੀਕ ਆ। ਤਾਂ ਡੈਡੀ ਅਤੇ ਲਓ ਜੀ ਹੁਣ ਆਪਾਂ ਵੀ ਹੋ ਗਿਆ ਰੈਡੀ ਸ਼ੈਡੀ। ਲਓ ਜੀ ਆਪਾਂ ਵੀ ਹੋ ਗਿਆ ਰੈਡੀ ਸ਼ੈਡੀ, ਅਤੇ ਤਿਆਰ ਆਪਾਂ ਹੋ ਗਿਆ। ਅਤੇ ਹੁਣ ਤੁਹਾਨੂੰ ਘਨੌਰ ਦਾ ਦਿਖਾਵਾਂਗੇ ਮੇਲਾ, ਇਹ ਘਨੌਰ ਦਾ ਲਾਸਟ ਮੇਲਾ, ਮਤਲਬ ਕਿ ਅਖੀਰਲਾ ਮੇਲਾ, ਅਗਲੇ ਸਾਲ ਨੂੰ ਆਊਗਾ ਫਿਰ ਮੇਲਾ। ਅਤੇ ਬੱਦਲ ਵੀ ਬਹੁਤ ਸੋਹਣਾ, ਮੌਸਮ ਬਾਹਲਾ ਵਧੀਆ ਹੋਇਆ ਪਿਆ, ਐਵੇਂ ਹੁੰਦਾ ਜਿਵੇਂ ਬਾਰਿਸ਼ ਆਊਗੀ। ਅਤੇ ਸਾਰੇ ਕੱਪੜੇ ਮੈਂ ਪਹਿਲੀ ਲਾ ਕੇ ਰੱਖ ਦਿੱਤੇ ਸੀ, ਮਾਜੇ ਮਗਰੋਂ ਮੀਂਹ ਆ ਗਿਆ ਅਤੇ ਫਿਰ ਸਾਰੇ ਭਿੱਜ ਜਾਣਗੇ, ਇਸ ਲਈ ਮੈਂ ਪਹਿਲੀ ਲਾ ਦਿੱਤੇ ਸੀ। ਅਤੇ ਚਲੋ ਜੀ ਹੁਣ ਤੁਹਾਨੂੰ ਆਪਾਂ ਸਿੱਧਾ ਮੇਲੇ 'ਤੇ ਹੀ ਜਾ ਕੇ ਮਿਲਾਂਗੇ। ਲਓ ਜੀ ਸਰਦਾਰ ਜੀ ਪਹਿਲਾਂ ਬੱਚਿਆਂ ਨੂੰ ਛੱਡ ਕੇ ਆਉਂਦੇ ਨੇ, ਫਿਰ ਸਾਨੂੰ ਲੈ ਕੇ ਜਾਣਗੇ। ਲਓ ਜੀ ਪਹੁੰਚ ਗਏ ਆਪਾਂ ਮੇਲੇ 'ਤੇ, ਦੇਖੋ ਬਹੁਤ ਜ਼ਿਆਦਾ ਰਾਸ਼ ਆ, ਦੁਕਾਨਾਂ ਭਰੀਆਂ ਪਈਆਂ ਨੇ ਪੂਰੀਆਂ। ਮੌਸਮ
ਕਹਿੰਦੇ ਵੀ ਆ ਜੀ ਮੀਂਹ ਮੂੰਹ ਆਊਗਾ ਦੂਜਾ ਖੁੱਲਾ ਹੈਗਾ ਇਹਦੇ ਨਾਲ ਕਿੰਨੇ ਕਿਊਬ ਕਿੱਧਰ ਗਿਆ ਪਹਿਲਾਂ ਦਾ ਜਿਹੜਾ ਹੈਗਾ ਉਹ ਮੈਂ ਦੇਖਣਾ ਟੁੱਕੇ ਜਿਹਾ ਚੱਲਦਾ ਥੋੜੇ ਤੂੰ ਕਰਨਾ ਹੋਗਾ ਉਹ ਮੈਗਨੇਟ ਨਾਲ ਮੰਗਾ ਲਾਂਗਾ ਦੇਖ ਲਾ ਉਹ ਤਾਂ ਕੋਈ ਨਹੀਂ ਕੀ ਲਿਖਿਆ ਕਿਹੜੀ ਕਿਹੜੀ ਪਵਾਣੀ ਆ ਦੇ ਹਿੰਦੂ ਦੋ ਦਾ ਹਰੀਆਂ ਪਾ ਦੇ ਤੈਨੂੰ ਲਿਆਓ ਹਾਂ ਨਹੀਂ ਦੋ ਗੁਲਾਬੀ ਪਾ ਦੇ ਦੋ ਖੱਟੀਆਂ ਦੋ ਗੱਟੀਆਂ ਪਾ ਦੇ ਦੋ ਚਿੱਟੀਆਂ ਦੋ ਚਿੱਟੀਆਂ ਤਿਰੰਗਾ ਬਣਾ ਦੇ ਉਹ ਬਰਗਰ ਲੈ ਜਾ ਪਾ ਜਾ ਉਹਦੇ ਨਾਲ ਚੱਕ ਪੁੱਤ ਅੰਦਰ ਉਹ ਕਰਦੇ ਨੀ ਦਿੰਦੇ ਖਾਣ ਨੂੰ ਕਿਤੇ ਉਹ ਮੰਗਣ ਵਾਲੀਆਂ ਮੇਲੇ ਚ ਅਸੀਂ ਆ ਗਏ ਸੀ ਸ਼ੋਪਿੰਗ ਕੁਛ ਨੀ ਕਰੀ ਕੁਛ ਵੀ ਬਸ ਖਾਣ ਨੂੰ ਵਰਤੀ ਲਈ ਆ ਥੋੜੀ ਸੂਜੀ ਦੀ ਮਿਕਸ ਕਰਕੇ ਤੇ ਹੁਣ ਮੈਂ ਲੱਗ ਰਹੀ ਹਾਂ ਸਰਦਾਰ ਜੀ ਦੇ ਕੱਪੜੇ ਪ੍ਰੈਸ ਕਰਨ ਕਿਉਂਕਿ ਸਰਦਾਰ ਜੀ ਨੇ ਜਾਣਾ ਸਤਸੰਗ ਤੇ ਰੱਛਾ ਬੱਧੀ ਤੇ ਸਰਦਾਰ ਜੀ ਆਉਂਦੇ ਨੇ ਬੱਚਿਆਂ ਨੂੰ ਲੈ ਕੇ ਮੈਂ ਤੇ ਬੀਬੀ ਨੂੰ ਸਾਨੂੰ ਤਾਰ ਗਏ ਸੀ ਘਰ ਮੋਟਰਸਾਈਕਲ ਤੇ ਹੁਣ ਬੱਚਿਆਂ ਨੂੰ ਲੈਣ ਗਏ ਹੋਏ ਨੇ
ਤੇ ਲੋ ਜੀ ਪ੍ਰੈਸ ਕਰਦੇ ਆਪਾਂ ਕੱਪੜੇ, ਪ੍ਰੈਸ ਕਰਦੇ ਹਾਂ ਜੀ ਕੱਪੜੇ, ਲਾਈਟ ਲਗਾਉਂਦੇ ਹਾਂ, ਸੂਜੀ ਦੀ ਬਰਫੀ ਇਹ ਵਾਲੀ ਲਈ ਸੀ ਮਿਕਸ ਕਰਕੇ, ਹਰੀ ਪਿੰਕ ਔਰੇਂਜ ਵਾਈਟ ਮਿਕਸ ਕਰਕੇ ਲਈ ਆ। ਪਾਣੀ ਮੈਂ ਲਾਇਆ ਜੀ ਗਰਮ, ਮੈਂ ਕਿਹਾ ਚੱਲ ਜੇ ਠੰਡੇ 'ਚ ਨਾ ਇਹ ਗਰਮ ਸਰਦ ਹੋ ਜੂਗੀ, ਕਿਉਂਕਿ ਗਰਮੀ 'ਚ ਆਏ ਨੇ, ਲੈਟ ਦਾ ਮਹਾ ਲਾਹਾ ਲੈ ਲਈਏ। ਲੋ ਸਿੰਮੂ ਆ ਗਏ ਇੱਧਰ, ਕੀ ਕੀ ਲੈ ਕੇ ਆਏ ਪੁੱਤ? ਬਰਗਰ ਲੈ ਕੇ ਆਏ, ਪਕੌੜੇ ਵਗੈਰਾ, ਜਲੇਬੀਆਂ। ਮਨਿੰਦਰ ਵੀ ਆ ਗਿਆ, ਮਨਿੰਦਰ ਨੇ ਫੁੱਟਬਾਲ ਲਈ ਆ ਛੋਟੀ ਜੀ, ਮੈਂ ਦੇਖੋ ਬੱਚੇ ਵਾਲੀ ਖੇਡ ਲਈ ਆ, ਇਹ ਵਾਲੀ ਬਾਲ ਸਮਾਈਲ ਵਾਲੀ ਮੈਨੂੰ ਵਧੀਆ ਲੱਗ ਗਈ।